ਵੈਲਕਮ ਆਈ ਨਿਊ ਵਲੌਗ ਦੇ ਵਿੱਚ ਤੇ ਅੱਜ ਦੇ ਵਲੌਗ ਦੇ ਵਿੱਚ ਪਹਿਲਾਂ ਤੇ ਨਾ ਥਾਵਣਾ ਵਾਲਾ ਥੁੜਾ ਇਹ ਤੇ ਥਾਵਣਾ ਵਾ ਤੇ ਮੁੜ ਕੇ ਬਾਅਦ ਚ ਨਾ ਇੱਕ ਤੇ ਇਹਦੇ ਲਾਉਣਾ ਚਾਰਜਰ ਉਹ ਇੱਥੇ ਲਾਉਣਾ ਚਾਰਜਰ ਪਹਿਲਾਂ ਲੱਗਾ ਤੇ ਹੈਗਾ ਇੱਕ ਇੱਧਰ ਤੇ ਉਹਨਾਂ ਪਰ ਗਰਮੀ ਕਰਕੇ ਹੀਟ ਹੋ ਜਾਂਦਾ ਤੇ ਤਾਂ ਕਰਕੇ ਇੱਕ ਹੋਰ ਲਾਉਣਾ ਵਾ ਤੇ ਤੇ ਪਹਿਲਾਂ ਆਪਾਂ ਨਾ ਥੋੜਾ ਕੱਪੜਾ ਮਾ ਲੀਆ ਇੱਥੇ ਹਾਂਜੀ ਪੈਲੀ ਪੁਲੀ ਵਾ ਕੇ ਆ ਕੇ ਤੇ ਟਰੈਕਟਰ ਬਾਹਰੇ ਖਲਾਰਤਾ ਸੀ ਕਿਉਂਕਿ ਵੇਹਲੀ ਚੱਲੇ ਸ਼ਾਂਜ ਨਹੀਂ ਆਈ ਇੱਥੇ ਥੋੜੀ ਸ਼ਾਂਹ ਹੀ ਤੇ ਮੈਂ ਕਿਹਾ ਫਿਰ ਇੱਥੇ ਹੀ ਖਲਾ ਲੈਂਦੇ ਆ ਤੇ ਇੱਥੇ ਹੀ ਖਲੋਤਾ ਦੁਬਾਰਾਂ ਦਾ ਹੁਣ ਫੇਰ ਸ਼ਾਮੀ ਜੀ ਹੋਏ ਆਏ ਆ ਆਇਆ ਇਧਰ ਤੇ ਇਹਦੇ ਨਾਲ ਹੁਣ ਮਤਲਬ ਕਿ ਚਾਰਜਰ ਦੀ ਫਿਟਿੰਗ ਇੱਥੇ ਕਰਦੇ ਸ਼ੁਰੂ ਉਦੋਂ ਕਪੜਾ ਇਹ ਕੱਢ ਕੇ ਤੇ ਫਿਟਿੰਗ ਕਰਦੇ ਸ਼ੁਰੂ ਤੇ ਉਧਰ ਨਾਲ ਉਹ ਤਾਂ ਕਰਕੇ ਚਾਰਜੇ ਖੋਲਣਾ ਕਿਉਂਕਿ ਉਹ ਨਾਲ ਹੀਟ ਹੋ ਜਾਂਦਾ ਵਾ ਫਿਰ ਗਰਮੀਆਂ ਇੱਥੇ ਹੀਟ ਹੋ ਕੇ ਤੇ ਕੋਈ ਨਾ ਕੋਈ ਧੀ ਖਰਾਬ ਕਰੂਗਾ ਤਾਂ ਕਰਕੇ ਫਿਰ ਇੱਕ ਚਾਰਜ ਇੱਧਰ ਲਾਉਣਾ ਵੀ ਜਦੋਂ ਉਹ ਹੀਟ ਹੋ ਗਿਆ ਮੈਂ ਕਿ ਇੱਧਰ ਲਾ ਲਿਆ ਕਰਾਂਗੇ ਤੇ ਪਹਿਲਾਂ ਮੈਂ ਜਾ ਕੇ ਚਾਰਜਰ ਲਿਆਵਾਂ ਤੇ ਬਾਕੀ ਮੁੜ ਕੇ ਅੱਗੇ ਫਿਟਿੰਗ ਸਟਾਰਟ ਕਰਦੇ ਆਂ ਵੀ ਕਿਤਰਾ ਕਿੱਥੇ ਹੋਣੀ ਆ ਤੇ ਪਹਿਲਾਂ ਮੈਂ ਚਾਰਜਰ ਲਿਆਵਾਂ ਇੱਕ ਜਿਹਾ ਕੇ ਚਾਰਜਰ ਲੈਣ ਦਾ ਵਾ ਤੇ ਚਾਰਜਰ ਦੋ ਆ ਮੇ ਤੋਂ ਤਾਰ ਵੱਖਰੀ ਕਰਦੀ ਇੱਕ ਚਾਰਜ ਹੈਗਾ ਆਹ ਵਾਲਾ ਇਹ ਸਿੰਗਲ ਆ ਤੇ ਇੱਕ ਚਾਰਜ ਰਾ ਆ ਯਾ ਡਬਲ ਆ ਤੇ ਡਬਲ ਮੇਰਾ ਇਰਾਦਾ ਕਿ ਰਹਿੰਦੀ ਇੱਥੇ ਸਿੰਗਲ ਹੀ ਰਾਈਏ ਕਿਉਂਕਿ ਜਿੰਨਾ ਕਿ ਚਿਹਰਾ ਮੇਰੇ ਸਾਹਮਣੇ ਰੱਖਣਾ ਉਹਨਾਂ ਦੇ ਚਿਹਰੇ ਉਹ ਘਟ ਜਾ ਕਰਨਾ ਤੇ ਇਹਦੀ ਫਿਟਿੰਗ ਤਾਰ ਤੇ ਥੱਲੋਂ ਨਿਕਲ ਜਾਣੀ ਆ ਤੇ ਬਾਕੀ ਇਹਦਾ ਮੈਂ ਲਾਉਣਾ ਇੱਕ ਹੀ ਜਗਾੜ ਆਹ ਲਿਆਂਦੀਆਂ ਹਾਂ ਮੈਂ ਕਲਿੱਪ ਟਾਈ ਲੋਕ ਜੇ ਇਹ ਵੀ ਮੇਨ ਜਾਂਦਾ ਵੱਢ ਨਹੀਂ ਪਣਿਆ ਕਿਉਂਕਿ ਸ਼ੇਕ ਚੋ ਤਾਰ ਨਹੀਂ ਨਿਕਲਦੀ ਉਹਨਾਂ ਦੇ ਚਲੋ ਫਿਰ ਇਹਦਾ ਮੈਂ ਕਾਟਾ ਛਾਟੀ ਕਰਕੇ ਤੇ ਫਿਰ ਮਿਲਦਾ ਤੁਹਾਨੂੰ ਅਨੇਕਰੀ ਲਓ ਜੀ ਚਾਰਜ ਲਿਆ ਖੋਲ ਤੇ ਇਹਦੀਆਂ ਮੈਂ ਆਪਦੇ ਹੱਬ ਨਾਲ ਤਾਰਾਂ ਵੀ ਪੁੱਠੀਆਂ ਕੀਤੀਆਂ ਸੀ ਤੇ ਉਹ ਜੇ ਮੈਂ ਹੁਣ ਲਾਉਂਦਾ ਤੇ ਇਹ ਵੀ ਸੜ ਜਾਣਾ ਸੀ ਫੇਰ ਫੇਰ ਉਹ ਲਾਉਣਾ ਪੈਣਾ ਸੀ ਦੂਜਾ ਉਹਦੇ ਉਹ ਲਾਉਣਾ ਤੇ ਬੜੀ ਕਾਟਾ ਛਾਟੀ ਕਰਨੀ ਪਈ ਪਹਿਲੇ ਇੱਥੋਂ ਅੜਨੀਆਂ ਪੈਣੀਆਂ ਐ ਮੁੜ ਕੇ ਜਾ ਕੇ ਫੇਰ ਕਿਤੇ ਜਾ ਕੇ ਉਹ ਲੱਗਣਾ ਪਰ ਉਹ ਲੱਗ ਸੁੱਕਾ ਰਹਿਣਾ ਹੈ ਇਹਦੇ ਆਸਤੇ ਇੱਥੋਂ ਤਾਰਾਂ ਵੜਨੀਆਂ ਪੈਣੀਆਂ ਹੁਣ ਇੱਥੋਂ ਦੇ ਇੱਥੋਂ ਵੱਡ ਕੇ ਤਾਰ ਲਿਆਂਦੀ ਆ ਤਾਰ ਲਾ ਕੇ ਤੇ ਫੇਰ ਬਾਅਦ ਚਦਾਨੂੰ ਮਿਲਦਾ ਹਾਂ ਫਿਰ ਕਨੈਕਸ਼ਨ ਵੀ ਦੱਸੂ ਕਿੱਥੇ ਕਿੱਥੇ ਕਰਨੇ ਆ ਅਰਥ ਤਾਂ ਆਪਾਂ ਲਾਗੀ ਕਰ ਦੇਣਾ ਤੇ ਦੂਜੀ ਜਿਹੜੀ ਆ ਉਹ ਇੱਥੇ ਗ੍ਰੇਪ ਆਉਂਦਾ ਵਾ ਉਹ ਵੇ ਗ੍ਰੇਪ ਆਉਂਦਾ ਇਹਦੇ ਚ ਆਪਾਂ ਕਨੈਕਸ਼ਨ ਕਰਦੇ ਨੇ ਆ ਤੇ ਬਾਕੀ ਤੁਹਾਨੂੰ ਨਾਲ ਨੇਕਰੀ ਨੂੰ ਤਾਰ ਤੁਰਪ ਜੋੜ ਜਾੜ ਕੇ ਤੇ ਫਿਰ ਮਿਲਦਾ ਤੁਹਾਨੂੰ ਮੈਂ ਫੇਰ ਇੱਕਰੀ ਹਾਂਜੀ ਤਾਰਾਂ ਤੁਰਾਂ ਲਾਤੀਆਂ ਇਹਦੇ ਤੇ ਬਾਕੀ ਹੁਣ ਇੱਕਰੀ ਚੈੱਕ ਕਰ ਲਈਏ ਪਹਿਲਾਂ ਵੀ ਚੱਲਦਾ ਕਿ ਨਹੀਂ ਚੱਲਦਾ ਮਲੇ ਉਹ ਤਰ੍ਹਾਂ ਤੇ ਚੱਲਦਾ ਵਾ ਉਹਦੇ ਪਰ ਤਾਰਾਂ ਲਾਈਆਂ ਤੇ ਹੁਣ ਗਰੰਟੀ ਇਕਰੀ ਵੇਖ ਲਈਏ ਵੀ ਚੱਲਦੇ ਕਿ ਨਹੀਂ ਚੱਲਦੇ ਤੇ ਚਲਾਉਣਾ ਉਧਰਲੇ ਪਾਸੇ ਜਾ ਕੇ ਚਲਾਉਨੇ ਆ ਕਿ ਇਹ ਚੀਜ਼ ਨਾ ਹੁਣ 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 ਇੱਥੇ ਮੈਂ ਤਾਰਾਂ ਲਾ ਲਾ ਹੁਣ ਤੇ ਫੇਰ ਮਿਲਦਾ ਤੁਹਾਨੂੰ ਕਨੈਕਸ਼ਨ ਕਰ ਲਿਆ ਤੇ ਆਹ ਬੱਤੀ ਜਗੰਡੀ ਵਿੱਚ ਤੇ ਮਿਲ ਕੇ ਉਤਰਾ ਚੱਲਦਾ ਪਰ ਇੱਕ ਫੋਨ ਲਾ ਕੇ ਨਾ ਤੇ ਚੈੱਕ ਕਰ ਲੀਏ ਡਾਟਾ ਕੇਬਲ ਕਰਤੀ ਕਨੈਕਟ ਤੇ ਹੁਣ ਇਧਰੋਂ ਫੋਨ ਚਲਾ ਕੇ ਦੇ ਕੇ ਕਹਿੰਨੇ ਆ ਇੱਕ ਤੋਂ ਮੈਂ ਰਿਕਾਰਡਿੰਗ ਕਰਨਿਆ ਦੂਜਾ ਭਰਾ ਤੂੰ ਐਚ ਹੁਣ ਲਾ ਕੇ ਦੇਖਣਾ ਲਓ ਜੀ ਚਾਰਜਿੰਗ ਹੋਣਦੀ ਆ ਮਲਕੀ ਠੀਕ ਆ ਕਰਦਿਆਗਾ ਨੀਨੇ ਚਾਰਜਿੰਗ ਤੇ ਬਾਕੀ ਹੁਣ ਨਾ ਮਤਲਬ ਉੱਚ ਫਿੱਟ ਕਰ ਉੱਚ ਕਰੀਏ ਫੇਟ ਹੁਣ ਉੱਚ ਕਰਨੀ ਇਹ ਸਾਬ ਨਾਲ ਕਿ ਮਤਲਬ ਕੋਈ ਸੰਦ ਕੋਈ ਚੀਜ਼ ਚੁੜੀ ਪਈ ਹੋਵੇ ਤਿੱਖੀ ਤਾਂ ਇੱਕ ਹੋਈ ਨਾਵੇ ਥੋੜੀ ਜਿਹੀ ਟੇਬਲ ਢੇਡਾਂਗੇ ਉੱਤੇ ਤੇ ਬਾਕੀ ਹੁਣ ਉੱਚ ਫਿਟਿੰਗ ਕਰਦੇ ਹਾਂ ਸਟਾਰਟ ਤੇ ਚਲੋ ਫਿਰ ਉੱਚ ਫਿਟਿੰਗ ਹੁਣ ਕਰੀਏ ਸਟਾਰਟ ਤਾਰਾਂ ਨਾਲੀਏ ਇਧਰੋਂ ਆ ਮੈਂ ਇੱਥੇ ਇਧਰ ਕੀਤਾ ਹੀ ਲਾਈਟਾਂ ਆਣੀਆਂ ਜਿਹੜੀਆਂ ਲਾਈਟਾਂ ਲਾਈਟਾਂ ਦਾ ਅਰਥ ਹੈ ਮੀਟਾਂ ਦਾ ਅਰਥ ਕੀਤਾ ਇੱਥੇ ਬਾਕੀ ਲਾਈਟਾਂ ਥੱਲੇ ਵੀ ਲਾਤੀਆਂ ਹਈਆਂ ਇੱਥੇ ਜਿਹੜੀਆਂ ਰਹਿਣੀਆਂ ਸੀ ਇੱਥੇ 8 ਦੇ 8 ਪੀਸ ਹੀ ਲਾਤੇ ਬਾਕੀ ਤਿੰਨ ਇੱਥੇ ਆ ਤਿੰਨ ਇਧਰ ਓ ਮਾਈ ਗੱਰੇ ਉੱਥੇ ਵੀ ਲੈ ਐਮਸੀ ਲਾਉਣੀ ਆ ਤੇ ਇਸ ਵਲੌਗ ਦੇ ਵਿੱਚ ਲੱਗੀ ਲਾਵਾਂਗੇ ਨਹੀਂ ਤੇ ਫਿਰ ਅਗਲੇ ਦੇ ਵਿੱਚ ਕਰਾਂਗੇ ਕੋਈ ਨਾ ਕੋਈ ਫਿਰ ਉਧਰਲੇ ਪਾਸੇ ਚੱਲੀ ਹਾਂ ਬਾਕੀ ਬੰਪਰ ਨੂੰ ਹੀ ਪੇਂਟ ਕਰਤਾ ਸੀ ਤੇ ਉੱਤੇ ਲਾਈਟਾਂ ਲਾਤੀਆਂ ਤਿੰਨ ਲੱਗਣੀਆਂ ਲਿਆਂਦੀਆਂ ਦੇ ਚਾਰ ਹੀ ਤੇ ਪਰ ਉਹ ਜਿਹੜੀ ਚੌਥੀ ਲਾਈਟ ਹੈ ਨਾ ਉਹ ਆ ਬਲਬਾਂ 'ਚ ਫਰਕ ਹੀ ਉਹਦੇ ਤਾਂ ਕਰਕੇ ਫਿਰ ਉਹ ਸੁਣੀ ਜੀ ਲੱਗੀ ਫਿਰ ਤਿੰਨ ਹੀ ਲਾਤੀਆਂ ਤੇ ਇਹਨਾਂ ਦਾ ਨਾਈਟ ਵੀ ਤੁਹਾਨੂੰ ਮੈਂ ਵਿਖਾਵਾਂਗਾ ਜਰੂਰ ਜੇ ਜੇ ਹੋ ਸਕੇ ਮੇਤੂੰ ਉਹ ਵੇਲੇ ਤੱਕ ਨਾਈਟ 뷰 ਦਿਖਾਉ ਤੁਹਾਨੂੰ ਫਿਰ ਤੇ ਬਾਕੀ ਪੇਂਟ ਵੀ ਠੀਕ ਹੋ ਗਿਆ ਇੱਥੇ ਸਟicker ਲਵਾਵਾਂਗੇ ਹੁਣ ਕੋਈ ਨਾ ਕੋਈ ਦੇਖਦੇ ਆਂ ਵੀ ਕੀ ਲਿਆਈਏ ਸਟicker ਬਾਕੀ ਮੈਂ ਸੋਚ ਰਿਹਾ ਇੰਸਟਾਗ੍ਰam ਦੀ ਆਈਡੀ ਵਾਲਾ ਲਵਾਈਏ ਬਾਕੀ ਹੁਣ ਉਹ ਅੱਗੇ ਵੇਖਾਂ ਕਿਹੜਾ ਸਟicker ਲਾਉਣਾ ਤੇ ਹੁਣ ਇਹਦੀ ਫਿਟਿੰਗ ਇੱਕ ਵਾਰੀ ਕਰ ਲਈਏ ਸਟਾਰਟ ਲੋਾਈ ਚਾਰਜਰ ਦੀ ਫਿਟਿੰਗ ਕਰਤੀ ਆ ਤੇ ਹੁਣ ਮਿਲ ਕੇ ਇੱਕ ਵਾਰੀ ਤੁਹਾਨੂੰ ਚਲਾ ਕੇ ਵਿਖਾ ਦਈਏ ਵਲੌਗ ਚ ਅੱਥੇ ਇੱਥੇ ਲਾਤਾ ਹੀ ਤੇ ਸੋਚ ਮੈਂ ਤਾਂ ਅਗਰ ਗਿਣੀ ਨਾ ਕਿਉਂਕਿ ਪਦਾ ਮੈਨੂੰ ਮੈਂ ਕਿੰਨਾ ਕਿਚੇ ਚਲਾਉਣਾ ਵਾ ਉਸ ਹਿਸਾਬ ਨਾਲ ਫਿਰ ਮੈਂ ਸੋਚ ਲਾਇਆ ਨਹੀਂ ਮਾ ਜਦੋਂ ਲੋੜੇ ਕਰੂਗੀ ਉਦੋਂ ਇਤਰਾ ਲਾ ਲਿਆ ਕਰਾਂਗੇ ਤੇ ਇਹ ਤਾਰ ਲਾ ਕੇ ਫਿਰ ਮਿਲਦਾ ਹਾਂ ਹਾਂਜੀ ਤਾਰ ਲਾ ਦਿੱਤੀ ਆ ਤੇ ਹੁਣ ਵੇਨੇ ਚ ਗਰੰਟ ਆ ਗਿਆ ਕਿ ਆਇਆ ਮੈਂ ਬੱਤੀ ਜਾਪੀ ਆ ਤੇ ਹੁਣੇ ਕਰੀ ਹੂੰ ਹੂੰ ਲੋ ਜੀ ਚਾਰਜਿੰਗ ਹੋਣ ਢੀਆ ਬਾਕੀ ਵਧੀਆ ਚੱਲਣ ਡਿਆ ਚਾਰਜਰ ਤੇ ਬਾਕੀ ਮਨ ਲਗੀ ਇੱਕ ਤੇ ਉਹ ਵੀ ਹੈਗਾ ਉਧਰ ਉਹ ਵੀ ਤੁਹਾਨੂੰ ਖਾ ਦਿਨਾ ਚਾਰਜਰ ਇਹ ਚਾਰਜ ਦੂਜਾ ਵਾ ਹੂੰ 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 ਇਹ ਚਾਰਜ ਦੂਜਾ ਜਿਹੜਾ ਮਨ ਲਗੀ ਕਾਰ ਚ ਆਉਂਦਾ ਇਹ ਮਗਰੋਂ ਆਇਆ ਬਾਕੀ ਜਪੰਡਰੇ ਮੈਂ ਪਈਆਂ ਤੇ ਬਾਕੀ ਹੁਣ ਐਮਸੀ ਮੇਰੇ ਤੋਂ ਹੈਗੀ ਇੱਕ ਡੱਬੀ ਉਹ ਫਿਰ ਇੱਥੇ-ਇੱਥੇ ਲਾ ਦਿੰਨੇ ਆ ਤੇ ਚਾਰਜਰ ਦੇ ਨਾਲ-ਨਾਲ ਬਾਕੀ ਇੱਕ ਜਿਹੜੀ ਤੁਹਾਨੂੰ ਮੈਂ ਥੱਲੇ ਤਾਰ ਵਿਖਾਈ ਸੀ ਉੱਥੇ ਲਾਉਣ ਵਾਲੀ ਆ ਤੇ ਐਮਸੀ ਲਾ ਕੇ ਤੇ ਫਿਰ ਬਾਅਦ ਚੋ ਵਲੌਗ ਦੀ ਕਰਾਂਗੇ ਐਂਡਿੰਗ ਤੇ ਹੁਣ ਮੈਂ ਐਮਸੀ ਲਾ ਆਵਾਂ ਮੜਕੀ ਅੰਦਰ ਪਈ ਅੰਦਰ ਉਹ ਲਾ ਆਵਾਂ ਫਿਰ ਬਾਕੀ ਕਰਦੇ ਆ ਸਟਾਰਟਿੰਗ ਇਹਦੀ ਫਿਰ ਮੈਂ ਐਮਸੀ ਲਾ ਆਵਾਂ ਲਓ ਜੀ ਇੱਥੇ ਐਮਸੀ ਲਾਤੀ ਹੋਈ ਹੈ ਤੇ ਬਾਕੀ ਜਿਹੜੀ ਬਚੀ ਆ ਉਹ ਆਪਾਂ ਥੱਲੇ ਤਾਰ ਤੇ ਲਾ ਦਿੰਨੇ ਆ ਜਿੰਨੀ ਕੁ ਵੀ ਬਚੀ ਆ ਤੇ ਥੋੜੀ ਜੀ ਆਣਾ ਇੱਥੇ ਕੁ ਲਾਉਣੀ ਲਾਈਟ ਤੇ ਕਿਉਂਕਿ ਇਹ ਥੋੜੀ ਜੀ ਡਿੱਗਣ ਦੇ ਚਾਂਸ ਆ ਬਾਕੀ ਆਪਾਂ ਉੱਥੇ ਥੱਲੇ ਲਾਉਣੀ ਐ ਐਮਸੀ ਜਿੰਨੀ ਵੀ ਪਜੀ ਐ ਚਲੋ ਫਿਰ ਲਾ ਕੇ ਤੇ ਫਿਰ ਤੁਹਾਨੂੰ ਵਾਪਸ ਵਲੌਗ ਦੀ ਐਂਡਿੰਗ ਕਰ ਦੇਣੀ ਐ ਲਾ ਕੇ ਤੇ ਫਿਰ ਮਿਲਦਾ ਉਹਨਾਂ ਨੂੰ ਐਮਸੀ ਦੇ ਇੱਥੇ ਵੀ ਲਾ ਦਿੱਤੀ ਐ ਥੋੜੀ ਇੱਥੇ ਲਾਈ ਆ ਤੇ ਇੱਥੇ ਲਾਈ ਆ ਤੇ ਇੱਥੇ ਕੁ ਲਾਈ ਆ ਬਾਕੀ ਥੋੜੀ ਜੀ ਫੇਰ ਹਲੇ ਬਰਕੀ ਆ ਉਹ ਮੇਰਾ ਇਰਾਦਾ ਕਿ ਇੱਥੇ ਕੁ ਲਾ ਦਈ ਆ ਇਸ ਤਾਰ ਜੀ ਲੰਕਰੀ ਆ ਇੱਥੇ ਲਾ ਲੀਏ ਤੇ ਬਾਕੀ ਫੇਰ ਵਲੌਗ ਦੀ ਸਮਾਪਤੀ ਇੱਥੇ ਹੀ ਆ ਨਾਈਟ ਵੀ ਹੋਇਆ ਤੇ ਲਾਸਟ ਤੇ ਪਾ ਹਾਂਜੀ ਸਾਰਾ ਕੰਮ ਡਨ ਹੋ ਗਿਆ ਵਾ ਤੇ ਬਾਕੀ ਵਲੌਗ ਦੀ ਸਮਾਪਤੀ ਆਪਾਂ ਇੱਥੇ ਹੀ ਕਰਦੇ ਹਾਂ ਜੇ ਵਧੀਆ ਲੱਗਾ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜੁੱਦ ਦੱਸਿਓ ਵੀ ਕਿਹ ਤਰ੍ਹਾਂ ਲੱਗਾ ਬਾਕੀ ਚਲੋ ਜੀ ਸਮਾਪਤੀ ਆ ਫਿਰ ਇੱਥੇ ਬਾਕੀ ਪ੍ਰੇਮ ਟਿਲ ਹੋਣੀ ਲੱਗੇ ਡੈਕ ਤੇ ਇਹ ਵੀ ਕਲਿੱਪ ਲਾਸਟ ਤੇ ਐਡ ਕਰੂ ਮੈਂ ਇੱਕ ਤੇ ਬਾਕੀ ਹੁਣ ਫੇਰ ਚਲੋ ਚੰਗਾ ਫਿਰ ਅਗਲੇ ਵਲੌਗ ਚ ਫੇਰ ਮਿਲਦੇ ਹਾਂ ਬਾਏ ਬਾਏ ਜੀ